ਇਹ ਸਰ ਮੈਂ ਆਪਣੀ ਸਿਸਟਰ ਨੂੰ ਲੈਣ ਜਾਣਦਿਆਂ ਸੀ ਪਿੰਡ ਥਾਣੀ, ਪਹਿਲਾਂ ਮੈਂ ਲੰਘ ਕੇ ਜਾਣਦਿਆਂ ਸੀ ਅਤੇ ਇਹ ਖੜ੍ਹੇ ਸੀ ਉੱਥੇ, ਇਹਨਾਂ ਨੇ ਮੈਨੂੰ ਵੇਖ ਲਿਆ ਵੀ ਇਹ ਜਾਣਦਿਆਂ ਵਾ, ਅਤੇ ਉਹ ਤੋਂ ਬਾਅਦ ਮੈਨੂੰ ਨਹੀਂ ਪਤਾ ਪਿੱਛੇ ਇਹਨਾਂ ਨੇ ਕੀ ਕੀਤਾ, ਮਤਲਬ ਮੁੰਡੇ ਮਾਂਡੇ ਨਾਲ ਇਕੱਠੇ ਕਰ ਲਏ ਅਤੇ ਬਾਅਦ ਵਿੱਚ ਮੈਂ ਵਾਪਸ ਆਉਂਦਿਆਂ ਸੀ ਅਤੇ ਇਹ ਮੁੰਡੇ ਉੱਥੇ ਖੜ੍ਹੇ ਆ, ਅਤੇ ਇਹਨੇ ਜਿਹੜਾ ਮੁੰਡਾ ਸੀ ਹੈ ਨਾ ਜਿਹਦੇ ਨਾਲ ਗੱਲਬਾਤ ਹੋਈ ਆ, ਉਹ ਮੁੰਡੇ ਨੇ ਵੱਟਾ ਫੜਿਆ, ਚੱਲਦੇ ਮੋਟਰਸਾਈਕਲ 'ਤੇ ਵੱਟਾ ਮਾਰਿਆ ਵਾ ਮੇਰੇ, ਅਤੇ ਮੈਂ ਵੱਟਾ ਵੇਖ ਕੇ ਅਤੇ ਮੋਟਰਸਾਈਕਲ ਦੇ ਅੱਗੇ ਵੱਜਾ ਵਾ, ਪਤਾ ਨਹੀਂ ਬਾਈਕ ਟੁੱਟੀ ਕਿ ਨਹੀਂ ਟੁੱਟੀ, ਮੈਂ ਨਹੀਂ ਵੇਖੀ ਬਾਈਕ, ਅਤੇ ਉਹ ਤੋਂ ਬਾਅਦ ਆਪਣਾ ਮੈਂ ਇੱਦਾਂ ਹੀ ਨੰਗਲ ਲੱਗਾ, ਫਿਰ ਮੈਂ ਫਿਰ ਖਲੋ ਗਿਆ, ਮੇਰੇ ਨਾਲ ਸਿਸਟਰ ਹੀ ਮੇਰੇ, ਮੈਂ ਮੈਨੂੰ ਇਹ ਮੈਂ ਕਿਤੇ ਮਗਰੋਂ ਕੋਲ ਮਾਰਨ ਲੱਗਦੇ ਅਤੇ ਮੈਂ ਖੜ੍ਹ ਗਿਆ ਉੱਥੇ, ਅਤੇ ਉਹ ਤੋਂ ਬਾਅਦ ਇਹਨਾਂ ਨੇ ਮਗਰੋਂ ਆ ਕੇ ਮੇਰੇ ਸਿਰ ਸੁਰ 'ਚ ਮਾਰਿਆ, ਪਿੱਛੇ ਮਾਰੇ ਆ ਡੰਡੇ, ਅਤੇ ਹੋਰ ਵੀ, ਅਤੇ ਉਹ ਤੋਂ ਬਾਅਦ ਇੱਥੇ ਮੁੰਡੇ ਨੇ ਉਹਨੇ ਕੋਲ ਮਾਰਿਆ, ਸੂਰੀ ਵਰਗਾ ਸੀ ਉਹ ਮੁੰਡੇ ਨੇ ਮਾਰਿਆ, ਉਹ ਜਿਹੜਾ ਦੂਜਾ ਮੁੰਡਾ, ਅਤੇ ਲੜਾਈ ਤਾਂ ਮੈਨੂੰ ਵੀ ਨਹੀਂ ਪਤਾ, ਲੜਾਈ ਤਾਂ ਐਕਚੁਲੀ ਸਰ ਮਤਲਬ ਛੋਟੇ ਬੱਚਿਆਂ ਦੀ ਆ, ਆਪਸ ਦੇ ਵਿੱਚ ਇਹਨਾਂ ਦੀ ਛੋਟਿਆਂ ਦੀ ਹੀ ਲੜਾਈ, ਅਤੇ ਇੱਕ ਦਿਨ ਵੀ ਮੈਨੂੰ ਇਹਨਾਂ ਨੇ ਛੋਟੇ ਦੇ ਨਾਲ ਮੈਨੂੰ ਘੇਰ ਲਿਆ ਸੀ, ਅਤੇ ਉਹ ਦਿਨ ਇਹਨਾਂ ਨੂੰ ਮੈਂ ਕਿਹਾ ਵੀ ਮੈਂ ਕਿਹਾ ਵੀ ਤੁਸੀਂ ਕੋਈ ਗੱਲਬਾਤ ਨਾ ਕਰੋ, ਕੋਈ ਗੱਲ ਨਹੀਂ, ਮੈਂ ਸਰ ਆਰਮੀ 'ਚ ਹਾਂ, ਮੈਨੂੰ ਇਹ ਵੀ ਮੈਂ ਮੇਰੀ ਛੁੱਟੀ ਖਤਮ ਹੋਣ ਵਾਲੀ ਆ, ਵੀ ਕੋਈ ਗੱਲਬਾਤ ਨਾ ਹੋਵੇ, ਮੈਂ ਹੱਥ ਜੋੜ ਕੇ ਉੱਧਰ ਵੀ ਲੰਘ ਗਿਆ ਸੀ। ਆਰਮੀ ਕੀ ਪੋਸਟਿੰਗ? ਸਿਪਾਹੀ ਹਾਂ ਮੈਂ ਸਰ। ਉਹਨਾਂ ਦਾ ਕਹਿਣਾ ਕਿ 20-25 ਬੰਦਿਆਂ ਨੂੰ ਨਾਲ ਲੈ ਕੇ ਇਹਨਾਂ ਨੇ ਹਮਲਾ ਕੀਤਾ, ਸਾਡੇ ਤੇ ਗੋਲੀਆਂ ਵੀ ਚਲਾਈਆਂ। ਅੱਛਾ, ਇਹ ਇਹ ਸਰ ਪੂਰਾ ਮਤਲਬ ਆਪਣੇ ਕੋਲੋਂ ਕਹਿੰਦੇ ਆ, ਮੈਂ ਤੇ ਮੇਰੀ ਸਿਸਟਰ ਬਸ ਚੁੱਪ ਕਰਕੇ ਜਾਣਦੇ ਸੀ, ਉਹਨਾਂ ਖਿਲਾਰ ਕੇ ਉਹਨਾਂ ਮਾਰਿਆ ਵੀ ਆ, ਅਤੇ ਆਪਣਾ ਇੱਥੇ ਮੇਰੇ ਆਪ ਕੋਲ ਸੱਟ ਵੀ ਲਾਈ ਆ। ਪਤਾ ਨਹੀਂ, ਵਿਖਾਓ ਉਹਨਾਂ ਨੂੰ ਕਹੋ, ਚਲੋ ਪਿੰਡ, ਹਾਂ ਚਲੋ ਪਿੰਡ ਚੱਲਦੇ ਆਪਾਂ, ਸਾਰੇ ਪਿੰਡ ਨੂੰ ਪਤਾ ਵਾ ਉੱਥੇ ਲੰਘਣ ਦੇ ਆ, ਸਾਰੇ ਪਿੰਡ ਨੂੰ ਪਤਾ ਉੱਥੇ ਖਿਲਾਰ ਕੇ ਮੈਨੂੰ ਮਾਰਿਆ ਵਾ, ਅਤੇ ਉਹ ਤੋਂ ਬਾਅਦ ਮੈਂ ਘਰ ਆਇਆ ਅਤੇ ਮੈਂ ਪਾਪਾ ਨੂੰ ਆਖਿਆ ਮੈਂ ਆਪਾਂ ਵੀ ਮਾਰਾਂਗੇ, ਅਤੇ ਪਾਪਾ ਕਹਿੰਦੇ ਨਹੀਂ, ਪਾਪਾ ਕਹਿੰਦੇ ਆਪਣਾ ਇੱਥੇ ਚਲੋ ਥਾਣੇ ਚਲੋ, ਮੇਰੀ ਨੌਕਰੀ ਦਾ ਸਵਾਲ ਆ। ਇਹ ਪਤਾ ਨਹੀਂ ਉਹਨੇ ਕੋਈ ਛੁਰੀ ਜੀ ਮਾਰੀ ਉਹਨੇ ਮੁੰਡੇ ਨੇ, ਪਤਾ ਨਹੀਂ ਕੀ ਸੀ ਉਹਦੇ ਕੋਲ, ਉਹਨੇ ਇਹ ਮਾਰੀ। ਹਾਂਜੀ, ਮੈਂ ਇਕੱਲਾ ਸੀ ਨਾ ਸਰ, ਮੈਂ ਇਕੱਲਾ ਸੀ ਤਾਂ ਇਸ ਕਰਕੇ। ਸਰ ਮੈਨੂੰ ਛੁੱਟੀ ਹੋਈ ਸੀ ਕਾਲਜ, ਮੈਂ ਆਪਣੇ ਬ੍ਰਦਰ ਨੂੰ ਕਾਲ ਕਰੀ, ਉਹ ਮੈਨੂੰ ਕਾਲਜ ਤੋਂ ਲੈਣ ਲਈ ਆਉਂਦਾ ਪਿਆ ਸੀ, ਅਤੇ ਇਹ ਆਪਾਂ ਆਉਂਦੇ ਪਏ ਸੀ, ਰਾਸਤੇ ਵਿੱਚ ਇੱਕ ਮੁੰਡਾ ਸੀ ਛੋਟੇ ਜਿਹੇ ਹਾਈਟ ਵਾਲਾ, ਉਹਨੇ ਫੜ ਕੇ ਅਤੇ ਰੋੜਾ ਕਾਫੀ ਟਾਈਮ ਦਾ ਖੜਾ ਸੀ, ਸਾਨੂੰ ਨਹੀਂ ਸੀ ਪਤਾ, ਅਤੇ ਉਹਨੇ ਫੜ ਕੇ ਰੋੜਾ ਮੇਰੇ ਬ੍ਰਦਰ ਨੇ ਮਾਰਤਾ, ਅਤੇ ਮੇਰਾ ਭਰਾ ਸਰਕਤ ਵਿੱਚ ਘਰ ਡਿੱਗ ਗਏ, ਕਾਫੀ ਜਾਣਿਆਂ ਨੇ ਦੇਖਿਆ ਸਰਕਤ ਵਿੱਚ ਘਰ ਡਿੱਗੇ, ਉਹ ਮੁੰਡੇ ਨੇ ਫੜ ਕੇ ਮੇਰੇ ਭਰਾ ਦੇ ਪਤਾ ਨਹੀਂ ਕੀ ਮਾਰਤਾ, ਅਤੇ ਲਹੂ ਲੱਗਣ ਲੱਗ ਪਿਆ, ਅਤੇ ਮੈਂ ਰੋਂਦੀ ਰੋਂਦੀ ਆਪਣੇ ਘਰੇ ਆ ਕੇ ਪਾਪਾ ਨੂੰ ਦੱਸਿਆ, ਫਿਰ ਮੈਂ ਅਤੇ ਮੇਰੇ ਪਾਪਾ ਅਤੇ ਮੇਰਾ ਬ੍ਰਦਰ ਦਰਖਾਸਤ ਦੇਣ ਲਈ ਆਉਂਦੇ ਪਏ ਸੀ। ਹਾਂਜੀ, ਅਤੇ ਉਹਨਾਂ ਨੇ ਬੋਲ ਦਿੱਤਾ ਹੋਇਆ ਵੀ ਮਤਲਬ ਤੁਸੀਂ ਬੰਦੇ ਲੈ ਕੇ ਆਏ ਹੋ, ਜਿਹਾ ਕੁਛ ਨਹੀਂ ਸੀ। ਨਹੀਂ ਸਰ, NCC ਕੈਡਿਟ ਹੋ ਕੇ ਝੂਠ ਨਹੀਂ ਮਾਰ ਸਕਦੀ। ਸਾਡੇ ਕੋਲ 3 ਪੇਸ਼ੈਂਟ ਆਏ ਨੇ, ਇੱਕ ਇੱਕ ਪਾਰਟੀ ਦਾ ਹੈ ਅਤੇ 2 ਜਣੇ ਦੂਸਰੀ ਪਾਰਟੀ ਦੇ ਨੇ, ਇਹ ਤਿੰਨੋਂ ਜਿਹੜੇ ਉਮਰਪੁਰਾ ਨਵਾਂ ਵਾਦੀ ਦੇ ਰਹਿਣ ਵਾਲੇ ਨੇ। ਇਹਨਾਂ ਨੇ ਸਾਨੂੰ ਦੱਸਿਆ ਕਿ ਕੋਈ ਲੜਾਈ ਹੋਈ ਸੀਗੀ, ਕਿ ਜਿਹੜੀ ਇਹਨਾਂ ਦੀ ਬੇਟੀ ਹੈ ਕਿਤੋਂ ਆ ਰਹੀ ਸੀਗੀ, ਅਤੇ ਉਸ ਟਾਈਮ ਲੜਾਈ ਹੋਈ ਹੈ, ਅਤੇ ਉਸ ਟਾਈਮ ਉਸ ਦੌਰਾਨ ਹੀ ਸੱਟਾਂ ਲੱਗੀਆਂ ਨੇ। ਨਹੀਂ, ਗੋਲੀ ਦੀ ਵਾਲੀ ਕੋਈ ਸੱਟ ਨਹੀਂ ਹੈਗੀ। ਸਾਡੇ ਵੱਲੋਂ ਇਹਨਾਂ ਦੀ MLR ਰਿਪੋਰਟ ਜਿਹੜੀ ਹੈ ਉਹ ਤਿਆਰ ਕਰਕੇ ਪੁਲਿਸ ਨੂੰ ਅੱਗੇ ਭੇਜੀ ਜਾ ਰਹੀ ਹੈ।